ਮੰਦਰ ਉੱਤੇ ਦੁਆਰਾ ਬਣਨਾ ਚਾਹੀਦਾ, ਉਸੇ ਜਗ੍ਹਾ 'ਤੇ ਬਣਨਾ ਚਾਹੀਦਾ। ਭਾਰਤ ਸਰਕਾਰ ਦਾ ਸਟੈਂਡ ਹੋਵੇਗਾ ਕਿ ਉੱਥੇ ਮੰਦਰ ਦੁਆਰਾ ਬਣੇ, ਇਹੀ DDA ਕਹੇਗੀ। ਦਿੱਲੀ ਦੇ ਵਿੱਚ ਮਹਾਰਾਜ ਰਵਿਦਾਸ ਜੀ ਦੇ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਮੰਦਰ ਨੂੰ ਤੋੜ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਵਿੱਚ ਕਾਫੀ ਰੋਸ ਸੀ ਅਤੇ ਉਹ ਲਗਾਤਾਰ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਸਨ। ਇਸ ਮਾਮਲੇ 'ਤੇ ਹੁਣ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵੀ ਆਪਣੀ ਟਿੱਪਣੀ ਦਿੱਤੀ ਹੈ। ਜਲੰਧਰ ਦੇ ਵਿੱਚ ਰਾਮਨਵੀਂ ਸ਼ੋਭਾ ਯਾਤਰਾ ਦੇ ਵਿੱਚ ਆਏ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦਿੱਲੀ ਦੇ ਵਿੱਚ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਦੇ ਨਿਰਮਾਣ ਦੀ ਆਸ਼ਾ ਜਤਾਈ ਹੈ ਅਤੇ ਉਹਨਾਂ ਨੇ ਕਿਹਾ ਕਿ 30 ਸਤੰਬਰ ਨੂੰ ਸੁਪਰੀਮ ਕੋਰਟ ਜਿਹੜਾ ਫੈਸਲਾ ਲਵੇਗਾ, ਉਹਨਾਂ ਨੂੰ ਉਮੀਦ ਹੈ ਕਿ ਉਹ ਫੈਸਲਾ ਦਲਿਤ ਭਾਈਚਾਰੇ ਦੇ ਹੱਕ ਦੇ ਵਿੱਚ ਹੋਵੇਗਾ। ਦੇਖੋ, ਇਸ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਇਹ ਸੰਬੰਧ ਟਾਇਆ ਗਿਆ, ਸਾਰਿਆਂ ਨੂੰ ਪਤਾ ਹੈ। ਉਦੋਂ ਤੋਂ ਹੀ ਸਾਡਾ ਸਟੈਂਡ ਹੈ ਭਾਰਤ ਸਰਕਾਰ ਦਾ ਕਿ ਮੰਦਰ ਉੱਤੇ ਦੁਆਰਾ ਬਣਨਾ ਚਾਹੀਦਾ, ਉਸੇ ਜਗ੍ਹਾ 'ਤੇ ਬਣਨਾ ਚਾਹੀਦਾ। ਔਰ ਅਸੀਂ ਸੰਤ ਸਮਾਜ ਨਾਲ ਵੀ ਮੀਟਿੰਗਾਂ ਕੀਤੀਆਂ, ਸੰਤ ਸਮਾਜ ਨੇ ਵੀ ਇਸ ਗੱਲ ਨੂੰ ਮੰਨਿਆ ਔਰ ਉਹਨਾਂ ਨੇ ਉੱਥੇ ਐਫੀਡੈਟ ਵੀ ਫਾਈਲ ਕਰ ਦਿੱਤੇ ਕੋਰਟ ਵਿੱਚ, ਉਹ ਵੀ ਪਾਰਟੀ ਬਣੇ ਨੇ ਕਿ ਉਸ ਜਗ੍ਹਾ ਉੱਤੇ ਮੰਦਰ ਬਣੇ। ਉੱਥੇ ਭਾਰਤ ਸਰਕਾਰ ਦਾ ਸਟੈਂਡ ਹੋਵੇਗਾ ਕਿ ਉੱਥੇ ਮੰਦਰ ਦੁਆਰਾ ਬਣੇ, ਇਹੀ DDA ਕਹੇਗੀ। ਸਾਨੂੰ ਪੂਰਨ ਆਸ ਹੈ ਕਿ ਸੁਪਰੀਮ ਕੋਰਟ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੇਗੀ ਔਰ ਉੱਥੇ ਮੰਦਰ ਦੁਆਰਾ ਬਣੇਗਾ। 13 ਤਰੀਕ ਨੂੰ ਰਿਜ਼ਲਟ ਆਉਣਾ ਸੀ, ਕਿਹੜਾ 30 ਤਰੀਕ ਪੈ ਗਈ ਹੈ? 13 ਤਰੀਕ ਦੀ ਸੁਪਰੀਮ ਕੋਰਟ ਨੇ ਤਰੀਕਾਂ ਅੱਗੇ ਪਿੱਛੇ ਕੀਤੀਆਂ, 30 ਤਰੀਕ ਨੂੰ ਹੁਣ ਫੈਸਲਾ ਆਉਣਾ, 30 ਤਰੀਕ ਦੀ ਆਸ ਕਰ ਰਹੇ ਹਾਂ। ਅਤੇ ਦਿੱਲੀ ਕਿਹੜੇ ਬਟਾਲੇ ਦੇ ਵਿੱਚ ਬਲਾਸਟ ਹੋਇਆ ਸੀ ਬੈਂਸ ਬ੍ਰਦਰ ਵੱਲੋਂ ਇੱਕ DC ਨੂੰ ਸ਼ਬਦ ਗਲਤ ਬੋਲੇ? ਇਹ ਤਾਂ ਕਾਫੀ ਡਿਸਕਸ ਹੋ ਗਿਆ, TV 'ਤੇ ਵੀ ਬਹੁਤ ਕੁਛ ਕਿਹਾ ਜਾ ਚੁੱਕਾ। ਮੈਂ ਤਾਂ ਇੱਕੋ ਵੀ ਇਸ ਗੱਲ 'ਚ ਕਹਿਣੀ ਚਾਹੂੰਗਾ, ਚਾਹੇ ਕੋਈ ਆਫੀਸਰ ਹੋਵੇ, ਚਾਹੇ MLA ਹੋਵੇ, ਚਾਹੇ ਕੋਈ ਪੁੱਛਣਿਆ ਨੁਮਾਇੰਦਾ ਹੋਵੇ, ਉਹਨਾਂ ਨੂੰ ਆਪਣੀ ਭਾਸ਼ਾ ਤੇ ਜ਼ਰੂਰ ਕੰਟਰੋਲ ਕਰਨਾ। ਸਾਨੂੰ ਸਭਿਆ ਲੋਕ ਹੈ, ਸਾਨੂੰ ਸਭਿਆ ਭਾਸ਼ਾ ਬੋਲਣੀ ਚਾਹੀਦੀ ਹੈ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।